ਇਹਦੀ ਵਜ੍ਹਾ ਤੋਂ ਓਏ ਹੋਏ 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 ਓਏ ਮੈਂ ਹੈ ਹੀ। ਉਹਨੇ ਕਿਹਾ ਉਹ ਸਮਝ ਨਹੀਂ ਲੱਗੀ ਸਾਨੂੰ। ਉਹਨੇ ਕਿਹਾ ਕਮਲਿਆ ਜਿੰਨਾ ਕਪੱਤਿਆਂ ਦੀ ਸੇਵਾ ਕਰਕੇ ਸਵਾਦ ਆਉਂਦਾ ਨਾ ਉਹਨਾਂ ਚੰਗਿਆਂ ਦੀ ਦੀ ਆਉਂਦਾ। ਆਏ ਹਾਏ ਤੇ ਮੀਆਂ ਮੁਹੰਮਦ ਬਖਸ਼ ਪਤਾ ਕੀ ਫਰਮਾਉਂਦੇ ਨੇ ਇੱਥੇ? ਉਹ ਫਰਮਾਉਂਦੇ ਨੇ ਓਏ ਵੈਰੀ ਦੀ ਕਰ ਅਦਬ ਤਵਾਜ਼ਾ। ਕਿਹਦੀ? ਉਹ ਪੱਖੇ ਵਾਲਿਆ ਮੇਰੇ ਵੱਲ ਵੇਖ। ਵੈਰੀ ਦੀ ਕਰ ਅਦਬ ਤਵਾਜ਼ਾ, ਆਪਣੀ ਭੌ ਗਵਾਈਏ ਤੇ ਦੁਸ਼ਮਣ ਥੀ ਖੰਮ ਖਾਈਏ, ਨਾ ਹੀ ਲਿੱਸਾ ਜ਼ੋਰ ਨਾ ਲਾਈਏ। ਉਹ ਤੇਰੇ ਸਮਝਣ ਦੇ ਸਦਕੇ ਇਹ ਜੋਗੀ ਵੀ ਆਇਆ ਨਾ ਕੰਨ ਪਾਟੇ ਪੂਟੇ ਤੇ ਭਾਬੀ ਪਤਾ ਕੀ ਕਹਿੰਦੀ ਹੈ ਆ ਕੇ ਘਰ ਆ। ਨਨਾਣ ਨੇ ਗੱਲ ਕੀਤੀ, ਭਾਬੀ ਇੱਕ ਜੋਗੀ ਨਵਾਂ ਆਇਆ ਈ, ਇਹ ਕੰਨੀ ਉਸ ਦੇ ਦਰਸ਼ਨੀ ਮੁੰਦਰਾ ਨੇ ਬਿਸਮਿਲਾ ਗੱਲ ਹੈਂਕਲਾ ਅਜਬ ਸੁਹਾਇਆ ਈ, ਇਹ ਫਿਰੇ ਟੂੰਡਦਾ ਵਿੱਚ ਹਵੇਲੀਆਂ ਦੇ, ਕੋਈ ਉਸਨੇ ਲਾਲ ਗਵਾਇਆ ਈ, ਨਾਲੇ ਗਾਵਦਾ ਤੇ ਨਾਲੇ ਰੋਵਦਾ ਏ, ਵੱਡਾ ਉਸਨੇ ਰੰਗ ਮਚਾਇਆ ਈ। ਪਤਾ ਕੀ ਸ਼ੇਰ ਲੰਮਾ ਲੇਕਿਨ ਆਉਣਾ ਨੁਕਤੇ ਤੇ, ਸੱਸੀ ਵੇਖ ਜੋ ਆਣ ਕੇ ਇਸ਼ਕ ਅੰਦਰ, ਲਾਲਚ ਨੀਂਦ ਦੀ ਯਾਰ ਵੰਜਾਇਆ ਈ, ਲਾਲਚ ਨੀਂਦ ਦੀ ਯਾਰ। ਇਹ ਸੱਸੀ ਭਲਾ ਕਿਹਨੂੰ ਕਹਿੰਦੇ ਨੇ? ਕਿਸੇ ਨੂੰ ਪਤਾ ਸੱਸੀ ਕਿਹਨੂੰ ਕਹਿੰਦੇ? ਹਾਂ ਬਾਬਾ ਕਿਹਨੂੰ ਕਹਿੰਦੇ ਸੱਸੀ? ਉਹ ਨਹੀਂ ਯਾਰ, ਆਓ ਮੈਂ ਦੱਸਾਂ ਸੱਸੀ ਕਿਹਨੂੰ ਕਹਿੰਦੇ ਨੇ। ਤੁਸੀਂ ਸੁਲਤਾਨ ਮਹੂ ਸਰਕਾਰ ਦਾ ਸ਼ੇਰ ਸੁਣਿਆ ਨਾ, ਜੇ ਰੱਬ ਮੋਣ ਮੁਨਾਇਆ ਮਿਲਦਾ ਤੇ ਮਿਲਦਾ ਭੇਡਾਂ। ਇਹ ਸੱਸੀ ਕੀ ਹੁੰਦੀ ਹੈ? ਇਹ ਭੇਡਾਂ ਸੱਸੀਆਂ ਹੋ, ਇਹ ਮੋਣ ਮਨਾਇਆ ਜੇ ਮਿਲਦਾ ਹੁੰਦਾ ਤੇ ਮਿਲਦਾ ਭੇਡਾਂ। ਮੈਂ ਇੱਕ ਫਕੀਰ ਤੋਂ ਪੁੱਛਿਆ, ਮੈਂ ਕਿਹਾ ਬਾਬਾ ਸੱਸੀ ਕਿਹਨੂੰ ਕਹਿੰਦੇ ਨੇ? ਉਹਨੇ ਕਿਹਾ ਪੁੱਤਰ ਉਹ ਜਿਹੜੀ ਭੇਡ ਦੀ ਲੇਲੀ ਨਹੀਂ ਹੁੰਦੀ, ਜਿਹਦੀ ਇੱਕ ਵਾਰਾਂ ਵੀ ਲੂਣ ਨਾਲ ਲੱਥੀ ਹੋਵੇ ਉਹਨੂੰ ਸੱਸੀ ਆਖਦੇ ਨੇ। ਮੈਂ ਕਿਹਾ ਬਾਬਾ ਕੀ ਮਤਲਬ? ਉਹਨੇ ਕਿਹਾ ਜਿਹੜਾ ਗੁਨਾਹਾਂ ਤੋਂ ਪਾਕ ਹੋਵੇ ਨਾ ਬੱਚਾ, ਹੈਂ ਮੇਮਣੀ, ਉਹਨੂੰ ਕਹਿੰਦੇ ਨੇ ਸੱਸੀ। ਅਤੇ ਸੁਲਤਾਨ ਬਾਬੂ ਸਰਕਾਰ ਫਰਮਾਉਂਦੇ ਨੇ ਜੇ ਰੱਬ ਨਾਤਿਆਂ ਧੋਤਿਆਂ ਮਿਲਦਾ, ਉਹ ਮਿਲਦਾ ਡੱਡੀਆਂ ਮੱਛੀਆਂ ਹੂ, ਜੇ ਰੱਬ ਮੋਣ ਮੁਨਾਇਆ ਮਿਲਦਾ ਅਤੇ ਮਿਲਦਾ ਭੇਡਾਂ, ਭਲਾ ਕਿਹੜੀਆਂ ਜਿੰਨਾ ਗੁਨਾਹ ਹੀ ਨਹੀਂ ਕੀਤੇ। ਜੇ ਮੋਣ ਮੁਨਾਇਆ ਮਿਲਦਾ ਅਤੇ ਮਿਲਦਾ ਭੇਡਾਂ, ਸੱਸੀਆਂ ਹੂ, ਉਹ ਜੇ ਰੱਬ ਜਤੀਆਂ ਸਤੀਆਂ ਮਿਲਦਾ ਤੇ ਮਿਲਦਾ ਦਾਂਦਾਂ ਖਸੀਆਂ ਹੂ, ਸੁਲਤਾਨ ਬਾਹੂ ਰੱਬ ਉਹਨੂੰ ਮਿਲਦਾ ਉਹ ਨੀਯਤਾਂ ਜਿਨ੍ਹਾਂ ਦੀਆਂ। ਨਾਰਾਏ ਹਾਦਰੀ ਕੈਸਰ ਰਜ਼ਾ ਸਾਹਿਬ, ਆਓ ਕੈਸਰ ਰਜ਼ਾ ਸਾਹਿਬ ਤਸ਼ਰੀਫ ਲਿਆਓ ਜੀ। ਕੈਸਰ ਰਜ਼ਾ ਸਾਹਿਬ, ਉਹ ਭਾਈ ਮੁਕਾਬਲੇ ਵਾਲੇ ਆ, ਕੈਸਰ ਰਜ਼ਾ ਆ ਜਾ ਆ ਜਾ ਤੇ ਹੀਰ ਪੜ ਜ਼ਰਾ। ਨਾਥ ਆਖਦਾ ਜੋਗਦਾ
ਸਬਕ ਪਹਿਲਾ, ਸਬਕ ਪਹਿਲਾ ਯਾਰ ਤਾੜੀਆਂ ਮਾਰ ਦੇ ਬਾਬਾ ਕਰਨਾ ਮਾਰ ਕੇ ਦੇਈ ਦਾਨਾਸ ਜਟਾ ਪੰਜ ਤਤ ਸਾਰੇ ਵੱਖੋ ਵੱਖੇ ਕਹਿਣੇ ਇੱਕੋ ਤਤ ਦਾ ਰੱਖਣਾ ਪਾਸ ਜਟਾ ਜ਼ਿਕਰ ਆਲਮਾ ਫਾਜ਼ਲਾ ਓ ਸੂਫੀਆਂ ਦਾ ਵਸਬੇ ਦੱਸਦੇ ਪਾਸ ਨਫਾਸ ਜਟਾ ਜਿਸਨ ਰੂਤੇ ਕਲਬ ਜਰਾ ਮਫੀ ਜ਼ਹਰ ਬਾਤਨੀ ਪੰਜੇ ਹਵਾਸ ਜਟਾ ਤੇ ਛੱਡ ਆਸਰੇ ਜਗ ਓ ਜਾਨ ਵਾਲੇ ਇੱਕੋ ਰੱਬ ਦੀ ਰੱਖਣੀ ਹੈ ਆਸ ਜਟਾ ਵਾਰਿਸ ਸ਼ਾਹ ਇਹ ਜ਼ਿੰਦਗੀ ਕੂੜ ਦੀਏ ਇੱਕ ਦਮਦਾਰ ਨਹੀਂ ਤਰਵਾਸ ਜਟਾ ਬਹੁਤ ਅੱਛੇ ਵਾਹ ਵਾਹ ਸੋਹਣਾ ਪਤਾ ਗੱਲ ਕੀ ਹੈ ਇਹ ਮੁਕਾਬਲੇ 'ਚ ਲਹਿਜਾ ਵੀ ਕਾਊਂਟ ਹੁੰਦਾ ਹੈ ਮੁਕਾਬਲੇ 'ਚ ਦਰਦ ਸੋਜ਼ ਫੀਲਿੰਗ ਅਲਫਾਜ਼ ਤਲਫਜ਼ ਅਦਾਇਗੀ ਹੈ ਸਭ ਤੋਂ ਵੱਡੀ ਗੱਲ ਤੜਪ ਤੜ ਸਾਰਾ ਕੁਝ ਇਹ ਜਿਹੜੇ ਬੰਦੇ ਵੇਖ ਰਹੇ ਨੇ ਨਾ ਵੀ ਕਿਹਨੂੰ ਫਸਟ ਸੈਕਿੰਡ ਥਰਡ ਦੇਣਾ ਉਹ ਸਾਰਾ ਕੁਝ ਵੇਖ ਰਹੇ ਨੇ ਥਿੜਕਿਆ ਕੌਣ ਹੈ ਲਫਜ਼ ਲਮਕਾਇਆ ਕਿੰਨੇ ਗਲਤ ਕਿੰਨੇ ਕਿਹਾ ਇਹ ਹੁਣ ਇਹ ਨਾ ਕਹਿਣਾ ਵੀ ਬੰਦੇ ਨੇ ਭਾਈ ਬੜੀ ਇੰਜ ਇੰਜ ਕੀਤਾ ਲੇਕਿਨ ਤੁਸੀਂ ਵੀ ਗੌਰ ਨਾਲ ਸੁਣੋ ਨਾ ਕੋਈ ਕਿੱਥੋਂ ਰਹਿ ਰਿਹਾ ਕੋਈ ਕਿੱਥੋਂ ਗਲਤੀ ਕਰ ਰਿਹਾ
ਤੁਸੀਂ ਵੀ ਜੱਜ ਹੋ। ਹਜ਼ਰਤ ਮੋਹਤਰਮ ਜਦੋਂ ਰਾਂਝੇ ਨੂੰ ਵੇਖਿਆ ਨਾ, ਮੈਂ ਇੱਕ ਨੁਕਤਾ ਤੁਹਾਡੇ ਨਾਲ ਪੇਸ਼ ਕਰਨਾ ਚਾਹੁੰਦਾ। ਇੱਕ ਯੂਨੀਵਰਸਿਟੀ 'ਚ ਮੈਂ ਗਿਆ ਤੇ ਉੱਥੇ ਇੱਕ ਪ੍ਰੋਫੈਸਰ ਮੈਨੂੰ ਪੁੱਛਦਾ, ਇਰਫਾਨ ਅੰਸਾਰੀ ਤੇਰੇ ਵਾਰਿਸ ਸ਼ਾਹ ਨੇ ਰਾਂਝੇ ਕੋਲੋਂ ਡੰਗਰ ਬੜੇ ਚਰਾਏ ਨੇ, ਕੀ ਉਹ ਬਾਬਰ ਇੱਧਰ ਵੇਖ ਮੇਰੇ ਵੱਲ, ਕਿੱਥੇ ਮੈਂ ਮੇਲੇ ਤੇ ਆਇਆ, ਮੇਰੇ ਵੱਲ ਵੇਖ, ਤੇਰੇ ਵਾਰਿਸ ਸ਼ਾਹ ਨੇ ਰਾਂਝੇ ਕੋਲੋਂ ਡੰਗਰ ਬੜੇ ਚਰਾਏ ਨੇ, ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ। ਮੈਂ ਕਿਹਾ ਪ੍ਰੋਫੈਸਰ ਸਾਹਿਬ, ਜਿਹੜਾ ਮੇਰੇ ਵਾਰਿਸ ਸ਼ਾਹ ਦਾ ਰਾਂਝਾ, ਚਾਰ ਤਾਈ ਡੰਗਰ, ਹਾਏ ਨਹੀਂ ਸਮਝ ਲੱਗੀ ਕੀ ਡਰ, ਹਾਲੇ ਵੀ ਨਹੀਂ ਲੱਗੀ। ਖੋਲਦੇ ਗੱਲ ਨੂੰ, ਇਹ ਪੀਰਾਂ ਫਕੀਰਾਂ ਕੋਲ ਨਾ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਬਹੁਤੇ ਡੰਗਰ ਹੀ ਆਉਂਦੇ ਨੇ, ਤੇ ਡੰਗਰ ਨਾਰਾ ਹੈ ਹਾਜ਼ਰੀ, ਤੇ ਰਾਂਝਾ ਹੀ ਹੈ ਨਾ ਜਿਹੜਾ ਚਾਰਦਾ। ਇਹ ਸਾਨੂੰ ਡੰਗਰਾਂ ਤੋਂ ਡਰ ਲੱਗਦਾ, ਉਹ ਯਾਰ ਰਾਂਝੇ ਕੋਲ ਕਿਹੜਾ ਪਿਆਰ ਹੈ, ਉਹਦੇ ਕੋਲ ਡੰਗਰ ਚੁੱਪ ਕਰਕੇ ਬੈਠੇ ਹੁੰਦੇ, ਕੋਈ ਪਿਆਰ ਹੈ ਨਾ। ਸਰਕਾਰ ਫਰਮਾਉਂਦੇ ਨੇ, ਸੱਸੀ ਵੇਖ ਜੋ ਆਣ ਕੇ ਇਸ਼ਕੰਦਰ, ਲਾਲਚ ਨੀਂਦ ਦੀ ਯਾਰ ਵਜਾਇਆ ਈ, ਕੋਈ ਆਖਦੀ ਸੀ ਰਾਜਾ ਭਰਤਰੀਏ, ਰਾਜ ਹੁਕਮ ਤਿਆਗ ਕੇ ਆਇਆ ਈ, ਤੇ ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਾ ਭਰਮਾਇਆ ਈ, ਉਹ ਕੋਈ ਆਖਦੀ ਹੁਸਨ ਦਾ ਚੋਰ ਫਿਰਦਾ, ਤਾਈਆਂ ਈ ਉਸ ਨੇ ਕੰਨ ਪੜਾਇਆ ਈ, ਤੇ ਕੋਈ ਝੰਗ ਸਿਆਲਾਂ ਦਾ ਆਖਦੀ ਏ, ਕੋਈ ਕਵੇ ਹਜ਼ਾਰਿਓ, ਉਹ ਪਗੜੀ ਵਾਲਿਆ ਤੇਰੇ ਹੀ ਖੈਰ ਹੋਵੇ, ਕੋਈ ਕਵੇ ਹਜ਼ਾਰਿਓ, ਕੋਈ ਕਵੇ ਪ੍ਰੇਮ ਦੀ ਚਾਟ ਲੱਗੀ, ਉਹ ਤਾਈਆਂ ਹੀ ਉਸ ਨੇ ਸੀਸ ਮਨਾਇਆ ਈ, ਤੇ ਕੋਈ ਕੁਝ ਆਖੇ, ਕੋਈ ਕੁਝ ਆਖੇ, ਕੋਈ ਕੁਝ ਆਖੇ, ਆਸ਼ਕ ਇੱਕ ਨਾ ਚਿੱਤ ਤੇ ਲਾਇਆ ਈ, ਓਏ ਉਹਨਾਂ ਲੱਖ ਮਲਾਮਤਾਂ ਤੁਮਤਾਂ ਨੇ ਜਿੰਨਾ ਭਾਰ ਪ੍ਰੇਮ ਦਾ ਛਾਇਆ ਏ, ਉਹਨਾਂ ਲੱਖ ਮਲਾਮਤਾਂ ਤੁਮਤਾਂ ਨੇ ਨਾ ਭਾਰ ਪ੍ਰੇਮ ਦਾ ਛਾਇਆ ਈ। ਸਰਕਾਰ ਫਰਮਾਉਂਦੇ ਨੇ, ਕੋਈ ਆਖਦੀ ਇਹ ਤੇ ਨਹੀਂ ਖਾਲੀ, ਇਹ ਕਿਸੇ ਕਾਰਨੇ ਦੇ ਹੀਰ ਵਾਸਤੇ ਕੰਨ ਪੜਾਇਆ ਈ, ਵਾਰਿਸ ਸ਼ਾਹ ਇਹ ਫਕਰ ਤਾਂ ਨਹੀਂ ਖਾਲੀ, ਕਿਸੇ ਕਾਰਨੇ ਦੇ ਉੱਤੇ ਆਇਆ ਈ, ਇਹ ਸੱਚੀ ਮੁੱਚੀ ਗੱਲ ਹੈ, ਇਹ ਕਿਸੇ ਕਾਰਨੇ ਤੇ ਆਇਆ। ਲਓ ਸੋਹਣਿਓ, ਇੱਥੋਂ ਮੈਂ ਤੁਹਾਨੂੰ ਹੀਰ ਦੇ ਹੁਣ ਬੂਹੇ ਤੇ ਲਿਜਾਣਾ, ਲੇਕਿਨ ਇੱਕ ਹੀਰ ਪੜ੍ਹਨ ਵਾਲਾ ਬੁਲਾ ਲਈਏ ਜੀ, ਕਰਮ ਇਲਾਹੀ ਸਾਹਿਬ, ਕਰਮ ਇਲਾਹੀ ਸਾਹਿਬ ਤਸ਼ਰੀਫ ਫਰਮਾ ਨੇ, ਵਾਹ ਤੇਰਾ ਨਾਂ ਹੀ ਕਿੱਡਾ ਸੋਹਣਾ ਕਰਮ ਇਲਾਹੀ। ਆਓ ਜੀ, ਸ਼ਬੀਰ ਕਦੀਮੀ ਸਾਹਿਬ ਸਟੇਜ ਤੇ ਆ ਜਾਣ, ਇਸ ਤੋਂ ਬਾਅਦ ਅਸਾਂ ਪਹੁੰਚਣਾ ਏ ਮੰਜ਼ਲ ਦੂਰ
ਯਾਰੋ ਸਿਰ ਤੇ ਪਾਰ ਫਿਰਾਕ ਦਾ ਨਦੀ ਤਾਰੋ ਕਿਵੇਂ ਲੰਘੀਏ ਪੈਲੜੇ ਪੂਰ ਯਾਰੋ ਖਾਨੇ ਫਕਰ ਦੇਸ਼ਕ ਦੀ ਉੱਚਾ ਜ਼ਰੂਰ ਯਾਰੋ ਉਹ ਟਿੰਡ ਟੁਕੜਿਆਂ ਦੇ ਰਲਕਾ ਲੈਣੀ ਹੋ ਜੋ ਮਾਮਲੇ ਬਾਜ ਫਤੂਰ ਯਾਰੋ ਦੇ ਕੇ ਬਾਂਸਰਾਣੇ ਦੇ ਕੂਕ ਸੋਣਾ ਉੱਠ ਕੇ ਬੈਠਣਾ ਪੂਰ ਯਾਰੋ ਵਾਰਿਸ ਸ਼ਾਹ ਦਾ ਬੋਲਣਾ ਪੇਤ ਅੰਦਰ ਦਾਨਿਸ਼ਮੰਦ ਨੂੰ ਗੌਰ ਜ਼ਰੂਰ ਯਾਰੋ ਮਾਸ਼ਾਅੱਲਾ ਦਿਲ ਲੱਗਦਾ ਦੋ ਗੱਲਾਂ ਨੇ ਜਿਹਦੇ ਵਿੱਚ ਬੰਦਾ ਫਸਿਆ ਰਹਿੰਦਾ ਪਤਾ ਦੇਖੋ ਰਾਜਾ ਯੋਗ ਲੈਣ ਗਿਆ ਨਾ ਤੇ ਉਹਨੂੰ ਤੁਰਤ ਯੋਗ ਮਿਲੀ ਤੁਰਤ ਦਾ ਮਤਲਬ ਕੀ ਛੇਤੀ ਛੇਤੀ ਕਿਉਂ ਮਿਲੀ ਇਹ ਚਾਚਾ ਅਦਬ ਦੇ ਵਿੱਚ ਜਿੰਨਾ ਲੇਟ ਕਰੋ ਉਹਨਾਂ ਫੈਜ਼ ਲੇਟ ਹੋ ਜਾਂਦਾ ਅਸੀਂ ਕੱਲ ਕਰ ਲਵਾਂਗੇ ਪਰਸੋਂ ਕਰ ਲਵਾਂਗੇ ਚੌਥ ਕਰ ਲਵਾਂਗੇ ਤੂੰ ਅਦਬ ਲੇਟ ਕਰੀ ਜਾ ਉਧਰੋਂ ਫੈਜ਼ ਲੇਟ ਹੋਈ ਜਾਣਾ ਜੀ ਹਜ਼ਰਤ ਮੋਹਤਰਮ ਮੈਂ ਜਿਹੜੀ ਗੱਲ ਤੁਹਾਨੂੰ ਸੁਣਾਉਣਾ ਚਾਹ ਰਿਹਾ ਹਾਂ ਰਾਂਝਾ ਜੋਗ ਲੈ ਕੇ ਰੰਗਪੁਰ ਦੀ ਤਰਫ ਤੁਰ ਪਿਆ ਤੇ ਰਸਤੇ ਚ ਯਾਰੀ ਮਿਲਿਆ ਕੰਨ ਪਾਟੇ ਤਾਜ਼ੇ ਖੂਨ ਵਗ ਰਿਹਾ ਹੈ ਉੱਤੇ ਸਿਰ ਚ ਸਵਾਦ ਦੇ ਫੂਕਾ ਬਣਾਇਆ ਤੇ ਪਗਲੀ ਪਾਈ ਹੈ
ਤੇ ਅਯਾਲੀਆਂ ਚ ਵੇਖ ਕੇ ਪਤਾ ਕੀ ਹੁੰਦਾ, ਤੂੰ ਜਿੰਨਾ ਮਰਜ਼ੀ ਬਦਲ ਬਦਲ ਗਿਆ ਮੈਂ ਤੈਨੂੰ ਪਛਾਣ ਲਿਆ, ਤੂੰ ਉਹੀ ਰਾਂਝਾ, ਤੂੰ ਮੰਨਾ ਸਾਹਿਬ ਉਹੀ ਰਾਂਝਾ। ਅਗੋਂ ਰਾਂਝਾ ਪਤਾ ਕੀ ਕਹਿੰਦਾ, ਇਹਦਾ ਚੱਲ ਜਾ ਪਤਾ ਲੱਗ ਗਿਆ ਤੇ ਮੇਰੇ ਕਾਮੇ ਚ ਭਾਗਦਾ ਪਾਈ, ਸਿਰਫ ਖੇੜਿਆਂ ਦੇ ਦੇਸ਼ ਚ ਤੈਨੂੰ ਹੀ ਪਤਾ ਕਿ ਮੈਂ ਕੋਈ ਰਾਂਝਾ। ਪਤਾ ਕੀ ਹੱਥ ਜੋੜ ਕੇ ਕਹਿੰਦਾ, ਰਾਂਝੇ ਕਹਿਆ ਅਯਾਲੀ ਨੂੰ ਬੈਠ ਪਾਈ, ਓਏ ਭੇਤ ਕਿਸੇ ਦੀ ਮੂਲ ਨਾ ਫੁੱਟ ਜਾਏ, ਇਹ ਭੇਤ ਦੱਸਣਾ ਮਰਦ ਦਾ ਕੰਮ ਨਹੀਂ, ਮਰਦ ਸੋਈ ਜੋ ਵੇਖ ਤੁਮ ਘੁੱਟ ਜਾਏ, ਬਰਕਤ ਭੇਤ ਹੀ ਕਿਸੇ ਦਾ ਨਾਂ ਦਈਏ, ਮਾਰ ਮਾਰ ਕੇ ਤੇ ਭਾਵੇਂ ਹੁੱਟ ਜਾਏ, ਇਹ ਗੱਲ ਜੀਉ ਦੇ ਵਿੱਚ ਹੀ ਰਹੇ ਖੁਫੀਆ, ਕੋਈ ਕਾਂਗ ਵਾਂਗ ਪਖਾਲ ਨਾ ਸੁੱਟ ਜਾਏ। ਆਪੇ ਕਹਿੰਦੇ ਨੇ ਭੇਤ ਦੱਸਣਾ ਕਿਸੇ ਦਾ ਭਲਾ ਨਹੀਂ, ਭਾਵੇਂ ਪੁੱਛ ਕੇ ਲੋਕ ਖੁੱਟ ਜਾਏ, ਮਾਰ ਸਿਸ਼ਾ ਸਤੂਤ ਖੁੱਲੇ। ਭਾਵੇਂ ਜਾਣਦਾ ਛੁਪਰਾ ਟੁੱਟ ਜਾਏ। ਉਹਨੇ ਕਿਹਾ ਅੱਛਾ ਇਹ ਗੱਲ ਹੈ, ਤੇ ਰਾਂਝਾ ਅਯਾਲੀ ਨੂੰ ਥੱਲੇ ਬਹਾ ਕੇ ਪਤਾ ਕੀ ਕਹਿੰਦਾ, ਮੇਰੇ ਰਾਂਝੇ ਆਖਿਆ ਬਸ ਕਰ ਬੇਲੀਆ, ਹੋਏ ਉਹ ਤੇਰੀ ਗੱਲ ਸੁਣਿਆ ਦਿਲ ਫੁੱਟ ਜਾਏ, ਅਸਾਂ ਜੋਗੀਆਂ ਸਬਰਤੀ ਕੰਮ ਲੈਣਾ ਭਾਵੇਂ ਕੋਈ ਸਾਨੂੰ ਮਾਰ ਘੁੱਟ ਜਾਏ, ਅਸਾਂ ਜੋਗੀਆਂ ਸਬਰਤੀ ਕੰਮ ਲੈਣਾ ਭਾਵੇਂ ਕੋਈ ਸਾਨੂੰ ਮਾਰ ਘੁੱਟ ਜਾਵੇ। ਹੱਥ ਫੜ ਕੇ ਪਤਾ ਕੀ ਕਹਿੰਦਾ, ਓਏ ਮੇਰਾ ਹੱਕ ਖੋਇਆ ਇਹਨਾਂ ਜ਼ਾਲਮਾਂ ਨੇ, ਮੇਰਾ ਸਬਰ ਜੜ ਸਿੱਧੇ ਦੀ ਪੁੱਟ ਜਾਏ, ਅੱਖੀ ਵੇਖ ਕੇ ਮਰਦ ਹੁਣ ਚੁੱਪ ਕਰਦੇ, ਭਾਵੇਂ ਚੋਰ ਵੀ ਝੁਗੜਾ ਲੱਗੇ, ਦਾਦ ਵੀ ਟਾਈਮ ਦੀ ਨਹੀਂ ਹੈ ਜਿਹਦਾ ਗਾਣਾ ਕਰ ਇੱਧਰ। ਇੱਕ ਨਾ ਦਰਬਾਰ ਤੋਂ ਪੰਪ ਚੋਰੀ ਹੋ ਗਿਆ, ਮਰੀਜ਼ਾਂ ਡਾਂਗਾ ਫੜ ਲਈਆਂ, ਉਹਨੇ ਕਿਹਾ ਬਾਬਾ ਚੋਰ ਚੋਰ ਨੂੰ ਮਾਰ ਦੇ, ਉਹਨੇ ਕਿਹਾ ਬਹਿ ਜਾਓ ਰੱਬ ਹੋਰ ਦੇਗਾ, ਬਹਿ ਜਾਓ ਰੱਬ ਹੋਰ ਦੇਗਾ। ਉਹ ਮਹੀਨੇ ਕੁ ਬਾਅਦ ਚੋਰ ਹੋਰ ਚੋਰੀ ਕਰਕੇ ਲੈ ਗਿਆ, ਉਹਨੇ ਕਿਹਾ ਰੱਬ ਹੋਰ ਦੇਗਾ। ਉਹ ਤੀਸਰਾ ਪੰਪ ਵੀ ਚੋਰੀ ਕਰਕੇ ਲੈ ਗਿਆ, ਉਹਨੇ ਕਿਹਾ ਰੱਬ ਹੋਰ ਦੇਗਾ। ਚੌਥਾ ਪੰਪ ਜਦੋਂ ਚੋਰੀ ਕੀਤਾ, ਚੋਰ ਰਾਹ ਚ ਪੰਪ ਰੱਖ ਕੇ ਪਤਾ ਕੀ ਕਹਿੰਦਾ, ਕਹਿੰਦਾ ਬੜਾ ਬਗੈਰਤ ਹੋ ਤੂੰ, ਉਹਦੇ ਪੰਪ ਨਹੀਂ ਮੁੱਕਣ ਦਾ, ਮੇਰੀ ਪੂਰੀ ਨਹੀਂ ਪੈਣ ਦੇ। ਉਹ ਨਹੀਂ ਯਾਰ ਤੁਹਾਡੀ ਹਾਏ ਹਾਏ ਉਂਝ ਨਹੀਂ ਨਿਕਲਦੀ ਜਿਵੇਂ ਨਿਕਲਣੀ ਚਾਹੀਦੀ, ਮੈਂ ਕੱਲ 7 ਵਜੇ ਦਾ ਆਉਣ ਗਿਆ ਨਾਲ ਮੈਂ ਨੱਚਣ ਦਿਆਂ, ਮੈਂ ਤੁਹਾਡੀ ਘਰੇ ਹਾਏ ਕਿਉਂ ਨਹੀਂ ਨਿਕਲਦੀ, ਨਿਕਲੀ ਨਾ ਹਾਏ। ਇਹ ਜਦੋਂ ਹਾਏ ਨਿਕਲਣੀ ਆ ਨਾ, ਉਦੋਂ ਹੀ ਉਹਨੂੰ ਪਤਾ ਲੱਗਣਾ ਵੀ ਇਹਨੂੰ ਸ਼ਰਮ ਆਈ ਹੈ, ਤੇ ਜੇ ਸ਼ਰਮ ਨਾ ਹੋਵੇ ਤੇ ਮਾਫ਼ੀ ਨਹੀਂ ਹੁੰਦੀ, ਮਾਫ਼ੀ ਨਹੀਂ ਹੁੰਦੀ। ਉਹਨੇ ਕਿਹਾ ਮੇਰੀ ਪੂਰੀ ਨਹੀਂ ਪੈਣ ਗਈ, ਇਹਦੇ ਪੰਪ ਨਹੀਂ ਮੁੱਕਣ ਦੇ। ਉਹ ਪੰਪ ਲੈ ਕੇ ਤੇ ਪੀਰ ਨੂੰ ਪਤਾ ਕੀ ਕਹਿੰਦਾ, ਲੈ ਪੀਰਾ ਮੇਰੇ ਬੰਦਿਆਂ ਦੀ ਵੀ ਤੋਬਾ ਜੇ ਮੈਂ ਤੋਂ ਮੈਂ ਚੋਰੀ ਕਰਾਂ, ਕਹਿੰਦਾ ਰਾਜੇ ਆਖਿਆ ਬਸ ਕਰ ਵੇਲੀ ਜਾਓ, ਤੇਰੀ ਗੱਲ ਸੁਣਿਆ ਤੈਨੂੰ ਫੁੱਟ ਜਾਵੇ, ਅਸਾਂ ਜੋਗੀਆਂ ਸਬਰ ਦੀ ਕੰਮ ਲੈਣਾ, ਉਹ ਭਾਵੇਂ ਕੋਈ ਸਾਨੂੰ
ਮਾਰ ਕੁੱਟ ਜਾਏ ਮੇਰਾ ਹੱਕ ਯਾਰ ਚੁੱਪ ਕਰਕੇ ਬਹੁਤ ਕੀ ਹੋ ਗਿਆ ਤੂੰ ਉਹ ਭਾਈ ਫਿਰ ਕਿਤੇ ਗੱਲ ਪਹੁੰਚੀ ਗਈ ਕਿਤੇ ਗੁਸਤਾਖੀ ਨਾ ਹੋ ਜਾਈ ਮੈਂ ਫਰੂਸ ਨਾ ਹੋ ਜਾਈ ਕਿਤੇ ਉਹ ਮੇਰਾ ਹੱਕ ਖੋਇਆ ਉਹਨਾਂ ਜ਼ਾਲਮਾਂ ਨੇ ਮੇਰਾ ਸਬਰ ਜੜ ਸੀਤੇ ਦੀ ਫੁੱਟ ਜਾਏ ਅੱਖੀ ਵੇਖ ਕੇ ਮਰਦ ਹੁਣ ਚੁੱਪ ਕਰਦੇ ਭਾਵੇਂ ਚੋਰ ਹੀ ਝੁਗੜਾ ਲੁੱਟ ਜਾਏ ਅੱਖੀ ਵੇਖ ਕੇ ਮਰਦ ਹੁਣ ਚੁੱਪ ਕਰਦੇ ਭਾਵੇਂ ਚੋਰ ਹੀ ਝੁਗੜਾ ਲੁੱਟ ਜਾਏ ਨਹੀਂ ਜੇ ਦੇਣਾ ਪ੍ਰੇਤ ਵਿੱਚ ਖੇੜਿਆ ਕੋਈ ਗੱਲ ਖੁਆਰ ਹੋਵੇ ਤੇ ਖਿੰਡ ਫੁੱਟ ਜਾਏ ਤੂੰ ਤਾਂ ਕਿਹੜਿਆਂ ਦੇ ਬੂਹੇ ਅੱਡੇ ਆਈ ਮਤਾ ਚਾਰਕ ਨਿਸ਼ਾਨੇ ਤੋਂ ਛੁੱਟ ਜਾਏ ਹਾਥੀ ਚੋਰ ਕੁਲੇਰ ਵੀ ਛੁੱਟ ਜਾਂਦਾ ਕਰਸਾ ਤੋਂ ਇਸ਼ਕ ਵੀ ਛੁੱਟ ਜਾਏ ਵਾਰਸ ਸ਼ਾਮੀਆਂ ਪਾਲੀ ਸੋਈ ਚੰਗਾ ਉਹ ਜਿਹੜਾ ਵਿਛੜੀਆਂ ਨੂੰ ਕਰਦਾ ਜੁੱਟ 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 ਨਾਰਾ ਆਦਰਨੀ ਜੀ ਸਾਡੇ ਕੋਲ ਇੱਕ ਵਜਾਹਤ ਅਲੀ ਵਾਰਸੀ ਸਾਹਿਬ ਜਿਨ੍ਹਾਂ ਨੇ ਬਹੁਤ ਸੋਹਣਾ ਕਲਾਮ ਪੜ੍ਹਿਆ ਸੀ ਇਹ ਵੀ ਫਾਈਨਲ ਲਿਸਟ 'ਚ ਆਏ ਨੇ ਇਹ ਆਪਣੇ ਤਿੰਨ ਚਾਰ ਜਿਸਰੇ ਦਾ ਸ਼ੇਰ ਪੇਸ਼ ਕਰ ਵਜਾਹਤ ਅਲੀ ਵਾਰਸੀ ਸਾਹਿਬ ਚਾਖੇੜਾ
ਚਾਕ ਮੇਰਾ ਝਗੜਾ ਹੋਰ ਪੇਸ਼ ਨਹੀਂ ਜਾਂਦਾ ਵਾ ਮੇਰਾ ਮੇਰੇ ਅੱਖਣੇ ਨੂੰ ਪਾਵੇ ਮੰਨਿਓ ਸੋ ਮਿਹਰਬਾਨ ਹੋਇਆ ਬੇਪਰਵਾਹ ਮੇਰਾ ਮਤਾ ਕੰਨ ਪੜਾ ਕੇ ਮੀਏ ਰਾਂਝੇ ਹੋ ਕਤ ਮੁਦਰਾ ਤੇ ਲਿਆ ਰਾ ਮੇਰਾ ਜਾਨ ਪਛਾਣ ਦੇ ਕੌਣ ਸਮਝੇ ਹੋ ਬੋਲੇ ਬੋਲੀਆਂ ਜੋ ਵਾਰਸ ਸ਼ਾਹ